ਕੰਮ ਕਰਦਾ ਬੇ ਉਮਰੇ ਨਾ ਲੱਗੇ ਨੀ ਵੱਡੀ ਤੇਰੀ ਦੇ ਮਾਮਿਆਂ ਦੀ ਡਾ ਤੇਰੇ ਮੂਰੇ ਹੁੰਦੀ ਆ ਡਿਵਾਈਡਰ ਤੇ ਚਾਲੀ ਹੁੰਦੀ ਗੱਡੀ ਤੇਰੀ ਨੇ ਚੱਲੇ ਬਦਮਾਸ਼ੀ ਤੇਰੇ ਨਾਂ ਦੀ ਚੋਬਰਾ ਲੈ ਦੇ ਜਿਦਾਂ ਚੱਕਾ ਕਰਦਾ ਹੈ ਜੱਟਾ ਸ਼ਰਿਆਂ ਵਿੱਚ ਤੂੰ ਧੱਕਾ ਕਰਦਾ ਹੈ ਜੱਟਾ ਸ਼ਰਿਆਂ ਤੂੰ ਤਾਂ ਧੱਕਾ ਕਰਦਾ ਹੈ ਬੇ ਜੱਟਾ ਸ਼ਰਿਆਂ ਤੂੰ ਤਾਂ ਧੱਕਾ ਕਰਦਾ ਹੈ ਆਪਣੀ ਰਿਸਪੈਕਟ ਕਰੋ ਮਿਹਨਤ ਕਰਕੇ ਆਉਂਦੀ ਹਾਂ ਇਮੋਸ਼ਨਲੀ ਬੜਾ ਫੀਲ ਹੁੰਦਾ ਕਿ ਇੱਕ ਤਾਂ ਦੁੱਖ ਪਹਿਲਾਂ ਹੀ ਦੇਖ ਕੇ ਅਸੀਂ ਆਏ ਹੋਏ ਹਾਂ ਹੁਣ ਤਾਂ ਤੁਸੀਂ ਇੱਕ ਗੰਦਾ ਜਾਂ ਭੱਦਾ ਜਾਂ ਕਮੈਂਟ ਕਰ ਦਿੰਦੇ ਤਾਂ ਬਹੁਤ ਦੁੱਖ ਦਿੰਦਾ ਜਦੋਂ ਅਸੀਂ ਸੋਚ ਰਹੇ ਹਾਂ ਕਿ ਇੱਕ ਹੋਰ ਬਿਮਾਰੀ ਹੈ ਤਾਂ ਸਾਡਾ ਕੁਛ ਨਹੀਂ ਜਾਂਦਾ ਅਸੀਂ ਆਪਣਾ ਅੱਗੇ ਵੱਧ ਜਾਂਦੇ ਜਿਹੜੇ ਕਮੈਂਟ ਕਰਦੇ ਉਹ ਖਿਲੇ ਜਾਂਦੇ ਥੈਂਕ ਯੂ ਸੋ ਮਚ ਥੈਂਕ ਯੂ ਇੱਕ ਵਾਰੀ ਮੇਰਾ ਨਾਮ ਬੋਲ ਦਿਓ ਗਣਪਤੀ ਬਾਪਾ ਗਣਪਤੀ ਬਾਪਾ ਮੋਰੀਆ ਮੰਗਲ ਮੂਰਤੀ ਮੋਰੀਆ ਬਹੁਤ ਸਾਰੇ ਲੋਕ ਬਹੁਤ ਸਾਰੇ ਇੰਟਰਵਿਊ ਤੇ ਬੋਲਿਆ ਕਿਸ ਦਿਨ ਮੇਰਾ ਮਨ ਇੱਦਾਂ ਅਪਸੈਟ ਹੋ ਜਾਂਦਾ ਕਿ ਮੈਂ ਡਾਈ ਬਾਰ ਖੁਦ ਗਾਲਾਂ ਕੱਢਾਂ ਕਿਉਂਕਿ ਅਸੀਂ ਕਿਸੇ ਦੀ ਗੱਲ ਤੋਂ ਲਈ ਹੈ ਨਾ ਤਾਂ ਬਹੁਤ ਜ਼ਿਆਦਾ ਬੈਠੇ ਇੱਕ ਮੈਸੇਜ ਟਾਈਪ ਕਰਦੇ ਹੋ ਇੱਦਾਂ ਹੋ ਗਏ ਜੀ ਸੁਪਰੇ ਹੋ ਗਏ ਜੀ ਤੁਸੀਂ ਇੰਨਾ ਗੋਲਡ ਪਾਉਂਦੇ ਹੋ ਬਹੁਤ ਸਾਰੇ ਲੋਕ ਬੋਲਦੇ ਆ ਤੁਸੀਂ ਇਹ ਕਰਦੇ ਹੋ ਮੈਂ ਕਿਸੇ ਤੋਂ ਗਿਫਟ ਨਹੀਂ ਲੈਤੇ ਮੈਂ ਕਿਸੇ ਤੋਂ ਖੋ ਕੇ ਨਹੀਂ ਲਿਆ ਮੈਂ ਚੋਰੀ ਨਹੀਂ ਕੀਤੀ ਬੇਈਮਾਨੀ ਨਹੀਂ ਕੀਤੀ ਮੈਂ ਆਪਣੀ ਮਿਹਨਤ ਹੀ ਕੀਤੀ ਹੈ ਇੱਕ ਸ਼ੌਂਕ ਆ ਮੈਨੂੰ ਕਿ ਕੋਈ ਹਰ ਇੱਕ ਨੂੰ ਸ਼ੌਂਕ ਅਲੱਗ ਅਲੱਗ ਸ਼ੌਂਕਾਂ ਦੇ ਵਿੱਚ ਵੱਡੇ ਤੋਂ ਵੱਡੇ ਰੈਪਰਸ ਬੈਠੇ ਵੱਡੇ ਤੋਂ ਵੱਡੇ ਲੋਕ ਬੈਠੇ ਉਹਦੇ ਵਿੱਚ ਸ਼ੌਂਕ ਦੀ ਗੱਡੀ ਲੱਗੀਆਂ ਨੇ ਘੇਰਾ ਲੱਗਦਾ ਕੁਛ ਨਹੀਂ ਲੱਗਦਾ ਅਗਲੇ ਦਾ ਸ਼ੌਂਕ ਅਗਲੇ ਦਾ ਪੈਸਾ ਮੇਰਾ ਪੈਸਾ ਮੇਰੀ ਮੇਰੀ ਮਾਂ ਬਾਪ ਜਦੋਂ ਤੱਕ ਮੈਨੂੰ ਕੱਪੜਾ ਜਿਹੜਾ ਪਾਉਣ ਤੋਂ ਜਾਂ ਮੈਨੂੰ ਗੋਲ ਪਾਉਣ ਤੋਂ ਉਹਦੇ ਨਤੀਜੇ ਮੈਨੂੰ ਮੇਰੀ ਟਾਈਮ ਬਰਦਾਸ਼ਤ ਕਰ ਸਕਦੀ ਕਿਉਂਕਿ ਮੈਂ ਮਿਹਨਤ ਨਾਲ ਲੈਂਦੀ ਹਾਂ ਆਪ ਬਣਾਇਆ ਡੇ ਨਾਲ ਮਿਹਨਤ ਕਰਦੀ ਹਾਂ ਗਾਈ ਗਾਈ ਦਾ ਡੇਲੀ ਸਟੋਰੀਆਂ ਤੋਂ ਪਤਾ ਲੱਗ ਜਾਂਦਾ ਸੀ ਤੁਹਾਡਾ ਕਹਿਣਾ ਕਿ ਸੋਸ਼ਲ ਹੋਣਾ ਜ਼ਰੂਰੀ ਹੈ ਜ਼ਰੂਰੀ ਹੈ ਪਰ ਆਪ ਬਦਤਮੀਜ਼ੀਆਂ ਵਾਲੇ ਕਮੈਂਟ ਕਰਨੇ ਛੱਡ ਦਿਓ ਲੋਕ ਕਰਦੇ ਨੇ ਵਿਹਲੇ ਬੰਦੇ ਜਿਨ੍ਹਾਂ ਨੇ ਕੁਛ ਕਰਨਾ ਜਿਹੜੇ ਚੀਜ਼ ਜਿਹੜੇ ਮਿਹਨਤ ਕਰਕੇ ਅੱਗੇ ਆਏ ਹੁੰਦੇ ਨਾ ਜਿਨ੍ਹਾਂ ਨੇ ਸਾਨੂੰ ਪਤਾ ਮੈਂ ਆਟੋਆਂ 'ਤੇ ਰਿਕਸ਼ਿਆਂ 'ਤੇ ਬੱਸਾਂ 'ਤੇ ਸ਼ੋਅ ਲਾਏ ਨੇ ਕਿ ਜੇ ਅੱਜ ਮੈਂ ਗੋਲਡ ਪਾ ਰਹੀ ਹਾਂ ਤਾਂ ਤੁਹਾਨੂੰ ਕੁਛ ਹੋਏਗਾ ਫੋਰ ਐਗਜ਼ਾਮਪਲ ਹੈ ਤਾਂ ਮੈਂ ਮੋਸਟਲੀ ਬੜਾ ਕੁੱਤੀ ਹੁੰਦੀ ਇਹਦੇ ਨਾਲ ਮੈਂ ਕੋਈ ਕਿਸੇ ਨਾਲ ਕੋਈ ਰਿਖ ਨਹੀਂ ਹੁੰਦਾ ਜਦੋਂ ਅੱਲਾਹ ਦੀ ਵਾਹਿਗੁਰੂ ਦੀ ਜਿਹੜੀ ਨਜ਼ਰ ਅਵੱਲੀ ਹੁੰਦੀ ਨਾ ਸਵੱਲੀ ਹੁੰਦੀ ਹੈ ਤਾਂ ਉਦੋਂ ਕੋਈ ਵੀ ਨਹੀਂ ਕੁਛ ਕਰ ਸਕਦਾ ਸਾਰੇ ਜਗ ਵਿੱਚ ਤੇਰਾ ਰਾਜ ਸਾਰੇ ਜਗ ਵਿੱਚ ਤੇਰਾ ਰਾਜ ਪੂਰੇ ਕਰ ਦੋ ਮੇਰੇ ਕਾਜ ਗਣਪਤ ਜੀ ਮੇਰੀ ਰੱਖਿਓ ਲਾਜ ਪੂਰੇ ਕਰ ਦੋ ਮੇਰੇ ਕਾਜ ਕੁਛ ਦੀ ਗੱਲ ਹੈ ਕਿ ਅੱਜ ਮੈਂ ਗੱਡੀ ਖਰੀਦਣ ਜਾਣੀ ਗਣਪਤੀ ਜੀ ਤੋਂ ਮੇਰੀ ਸ਼ੁਰੂਆਤ ਹੋ ਰਹੀ ਆ ਸੋ ਉਹ ਵੀ ਬਦਲ ਜਾਂਦੀ ਕਿਆ ਬਾਤ ਹੈ ਮਤਲਬ ਅੱਜ ਦੇ ਦਿਨ ਡਬਲ ਸੈਲੀਬ੍ਰੇਸ਼ਨ ਹੋ ਗਿਆ ਤਾਂ ਮੈਂ ਹਮੇਸ਼ਾ ਮੈਂ ਸਪੈਸ਼ਲੀ ਲੈਸਨਸ ਲੈਣੀ ਅੱਜ ਮੈਂ ਸਿਲੈਕਟ ਕਰ ਲੈ ਰਹੀ ਹਾਂ ਜੇ ਸਾਨੂੰ ਮੈਂ ਥੋੜ੍ਹਾ ਜਿਹਾ ਟੋਪਿਕ ਲੈ ਕੇ ਜਾਵਾਂ ਸਾਡੇ ਇਸ ਸੈਲੀਬ੍ਰੇਸ਼ਨ ਵਾਲੇ ਜਿਹਦਾ ਸਾਡੇ ਨਾਲ ਕਦੀ ਕਦੀ ਮੌਕਾ ਮਿਲਦਾ ਸਾਨੂੰ ਹੁੰਦਾ ਅਤੇ ਜਿੱਦਾਂ ਅੱਜ ਕੱਲ੍ਹ ਕਾਫੀ ਲਾਈਵ ਹੋ ਗਈ ਕੰਟਰੋਵਰਸੀ ਦਾ ਚੀਜ਼ ਚੱਲ ਰਹੀ ਹੈ ਤੁਹਾਨੂੰ ਲੱਗਦਾ ਕਿ ਇਹ ਇਸ ਲਈ ਕੀਤੀ ਜਾਂਦੀ ਹੈ ਤਾਂ ਕਿ ਆਪਾਂ ਫੇਮਸ ਹੋ ਜਾਈਏ ਹੋਰ ਜ਼ਿਆਦਾ ਫੇਮਸ ਮੋਸਟਲੀ ਬਹੁਤ ਸਾਰਾ ਕੁਛ ਇੱਦਾਂ ਹੀ ਚੱਲੀ ਜਾਂਦਾ ਹੈ ਦੁਨੀਆਦਾਰੀ ਹੈ ਦੁਨੀਆ ਦਾ ਦਸਤੂਰ ਹੈ ਕੋਈ ਕਿਸ ਚੀਜ਼ ਨਾਲ ਜੋ ਬੈਠੇ ਨੇ ਉਹਨਾਂ ਨੂੰ ਇੰਟਰੈਕਸ਼ਨ ਦੀ ਵੈਸੇ ਲੋੜ ਨਹੀਂ ਹੈਗੀ ਸਾਡਾ